ਸਾਬਕਾ ਰਾਜ ਮੰਤਰੀ ਅਤੇ ਪੰਜਾਬ ਦੇ ਅਨਏਡਿਡ ਕਾਲਜਾਂ ਦੀ ਬਣਾਈ ਗਈ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਅਸ਼ਵਨੀ ਸੇਖੜੀ ਨੇ ਨਿਊਜ਼ ਨੰਬਰ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਦੇਸ਼ ਦੇ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਸਿੱਖਿਆ ਨੀਤੀ ਨੂੰ ਬਦਲਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ ਅਤੇ ਨਵੀਂ ਪਾਲਿਸੀ ਦਿੱਤੀ ਗਈ ਹੈ ਅਤੇ ਸਾਰੇ ਸੂਬਿਆਂ ਦੇ ਵਿੱਚੋਂ ਇਸ ਪਾਲਿਸੀ ਤੇ ਸਿੱਖਿਆ ਮਾਹਿਰਾਂ ਦੇ ਸੁਝਾਅ ਵੀ ਮੰਗੇ ਗਏ ਹਨ ਜਿਸ ਕਰਕੇ ਪੰਜਾਬ ਦੇ ਸਮੂਹ ਅਨਏਡਿਡ ਕਾਲਜਾਂ ਵੱਲੋਂ ਇਸ ਸਬੰਧੀ 19 ਅਗਸਤ ਨੂੰ ਚੰਡੀਗੜ੍ਹ ਵਿਖੇ ਇੱਕ ਸਿੱਖਿਆ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਿੱਖਿਆ ਮਾਹਰ ਪਹੁੰਚਣਗੇ ਅਤੇ ਆਪਣੇ ਸੁਝਾਅ ਰੱਖਣਗੇ ਸਮਾਗਮ ਸੰਬੰਧੀ ਹੋਰ ਕੀ ਕਿਹਾ ਸੇਖੜੀ ਨੇ ਤੁਸੀਂ ਵੀ ਸੁਣੋ ਮੋਦੀ ਸਰਕਾਰ ਨੇ ਹਿੰਦੁਸਤਾਨ ਦੇ ਸਾਰੇ ਸਕੂਲ ਕਾਲਜ ਔਰ ਯੂਨੀਵਰਸਿਟੀਆਂ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਹਨੂੰ ਬਦਲਣ ਦਾ ਪ੍ਰੋਗਰਾਮ ਬਣਾਇਆ ਔਰ ਇੱਕ ਨਵਾਂ ਡਰਾਫਟ ਐਜੂਕੇਸ਼ਨ ਪਾਲਿਸੀ ਜਿਹੜੀ ਹੈ ਉਹ ਦਿੱਤੀ ਹੈ ਔਰ ਲੋਕਾਂ ਨੂੰ ਸਾਰੇ ਸਰਕਾਰਾਂ ਨੂੰ ਔਰ ਇੰਸਟੀਟਿਊਸ਼ਨ ਨੂੰ ਇਹ ਕਿਹਾ ਕਿ ਆਪਣੇ ਉਹਦੇ 'ਤੇ ਵਿਚਾਰ ਰੱਖਣ ਜੁਆਇੰਟ ਐਕਸ਼ਨ ਕਮੇਟੀ ਜਿਹੜੀ ਕਿ ਸਾਰੇ ਪੰਜਾਬ ਦੇ 1650 ਅਨਏਡਿਡ ਕਾਲਜਿਸ ਨੇ ਜਿਨ੍ਹਾਂ 'ਚ 10 ਲੱਖ ਤੋਂ ਵੱਧ ਬੱਚੇ ਪੜ੍ਹਦੇ ਆ ਔਰ 3.5 ਲੱਖ ਤੋਂ ਵੱਧ ਪ੍ਰੋਫੈਸਰ ਟੀਚਰਸ ਕੰਮ ਕਰਦੇ ਆ ਉਸ ਐਸੋਸੀਏਸ਼ਨ ਦਾ ਮੈਂ ਚੇਅਰਮੈਨ ਹੋਣ ਦੇ ਨਾਤੇ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਐਜੂਕੇਸ਼ਨ ਕੰਕਲੇਵ ਜਿਹੜੀ ਹੈ ਉਹ ਚੰਡੀਗੜ੍ਹ 'ਚ ਪਲੈਨ ਕੀਤੀ ਹੈ ਸੋਮਵਾਰ ਵਾਲੇ ਦਿਨ 19 ਤਰੀਕ ਇਸ ਕੰਕਲੇਵ ਵਿੱਚ ਅਸੀਂ ਪੰਜਾਬ ਦੇ ਜਿਹੜੇ ਕੰਸਰਨਡ ਸਾਡੇ ਐਜੂਕੇਸ਼ਨ ਨਾਲ ਤਲਕ ਰੱਖਣ ਵਾਲੇ ਮੰਤਰੀ ਸਾਹਿਬਾਨ ਉਹਨਾਂ ਨੂੰ ਇਨਵਾਈਟ ਕੀਤਾ ਸੁਖਜਿੰਦਰ ਸਿੰਘ ਰੰਧਾਵਾ ਔਰ ਜਿਹੜੇ ਮੁੱਖ ਮੰਤਰੀ ਜੀ ਦਾ ਖਾਸ ਤੌਰ 'ਤੇ ਸੰਦੇਸ਼ ਲੈ ਕੇ ਆਉਣਗੇ ਤ੍ਰਿਪਤ ਸਿੰਘ ਬਾਜਵਾ ਜੀ ਜਿਹੜੇ ਸਾਡੇ ਨੇ ਮੰਤਰੀ ਹਾਇਰ ਐਜੂਕੇਸ਼ਨ ਉਹ ਆਉਣਗੇ ਇਨਾਗੁਰੇਸ਼ਨ ਦੇ ਉੱਤੇ ਓਪੀ ਸੋਨੀ ਜੀ ਮੈਡੀਕਲ ਐਜੂਕੇਸ਼ਨ ਮਿਨਿਸਟਰ ਅਤੇ ਸ਼੍ਰੀ ਚੰਨੀ ਜੀ ਟੈਕਨੀਕਲ ਐਜੂਕੇਸ਼ਨ ਮਿਨਿਸਟਰ ਜਿਹੜੇ ਨੇ ਉਹ ਸਾਡੇ ਟੈਕਨੀਕਲ ਡਿਸਕਸ਼ਨ 'ਚ ਆਉਣਗੇ ਲੰਚ ਵਾਲੇ ਸੈਸ਼ਨ 'ਤੇ ਔਰ ਸਕੂਲ ਐਜੂਕੇਸ਼ਨ ਦੇ ਮੰਤਰੀ ਸਾਡੇ ਸਿੰਗਲਾ ਜੀ ਔਰ ਸਾਧੂ ਸਿੰਘ ਜੀ ਜਿਹੜੇ ਹੈ ਉਹ ਜਿਹੜੇ ਹੈ ਵੈਲੀਡੇਟਰੀ ਫੰਕਸ਼ਨ ਜਿਹੜਾ ਸ਼ਾਮੀ 4 ਵਜੇ ਹੋਏਗਾ ਉਹ 'ਚ ਆਉਣਗੇ ਇਸ ਤੋਂ ਇਲਾਵਾ ਪੰਜਾਬ ਦੀ ਜਿਹੜੇ ਮੇਨ ਯੂਨੀਵਰਸਿਟੀਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ PTU ਹੈ ਬਾਬਾ ਫਰੀਦ ਯੂਨੀਵਰਸਿਟੀ ਹੈ PAU ਹੈ ਸਭ ਦੇ ਜਿਹੜੇ ਵਾਈਸ ਚਾਂਸਲਰਸ ਨੇ ਉਹ ਆਪਣੇ ਵਿਚਾਰ ਰੱਖਣਗੇ ਨਾਲ ਹੀ ਜਿਹੜੇ ਸਾਡੇ ਐਜੂਕੇਸ਼ਨਿਸਟ ਨੇ ਪੰਜਾਬ ਦੇ ਟੌਪ ਐਜੂਕੇਸ਼ਨਿਸਟ ਉਹ ਵੀ ਆਪਣੇ ਵਿਚਾਰ ਰੱਖਣਗੇ ਇਹ ਸਾਰੇ ਜਿਹੜੇ ਸਾਡੇ ਇਸ ਫੰਕਸ਼ਨ ਦੇ ਵਿੱਚ ਅਸੀਂ ਬਹੁਤ ਸਾਰੇ PhD ਜਿਹੜੇ ਪੰਜਾਬ ਦੇ ਨੇ ਡਾਕਟਰਸ ਨੇ ਜਿਹੜੇ ਐਜੂਕੇਸ਼ਨ ਦੇ ਵਿੱਚ ਜਿਹੜੇ ਸਾਡੇ ਵਿੱਦਿਆ ਦੇ ਖੇਤਰ 'ਚ ਮਾਹਰ ਨੇ ਉਹਨਾਂ ਨੂੰ ਇਨਵਾਈਟ ਕੀਤਾ ਔਰ ਇਹ ਸਾਰੀ ਜਿਹੜੀ ਕੰਕਲੇਵ ਹੋਏਗੀ ਇਹਦੇ ਸਾਰੇ ਵਿਚਾਰ ਜਿਹੜੇ ਸਮਾਂ ਕਰਕੇ ਅਸੀਂ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਪੰਜਾਬ ਜੀ ਨੂੰ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਭੇਜਾਂਗੇ ਮੈਂ ਸਮਝਦਾ ਪੰਜਾਬ ਦੇ ਲੋਕ ਜਿਹੜੇ ਨੇ ਬੜੇ ਜਾਗਰੂਕ ਨੇ ਔਰ ਜਿਹੜੀ ਇਹ ਨਵੀਂ ਪਾਲਿਸੀ ਆ ਉਹ 'ਚ ਬਹੁਤ ਸਾਰੇ ਐਸੇ ਪ੍ਰਵਾਦਾਨ ਵੀ ਆ ਰਹੇ ਨੇ ਜਿਹੜੇ ਕਿ ਸਾਡੇ ਪੰਜਾਬ ਦੇ ਇੰਟਰਸਟ ਦੇ ਖਿਲਾਫ਼ ਨੇ ਪੰਜਾਬੀਆਂ ਦੇ ਖਿਲਾਫ਼ ਨੇ ਅਸੀਂ ਉਹਦੇ ਖਿਲਾਫ਼ ਜਿਹੜੀ ਆਵਾਜ਼ ਚੁੱਕਾਂਗੇ ਔਰ ਜਿਹੜੀਆਂ ਚੀਜ਼ਾਂ ਸਹੀ ਨੇ ਅਸੀਂ ਉਹਦੀ ਸਪੋਰਟ ਵੀ ਕਰਾਂਗੇ ਸੋ ਮੈਂ ਸਮਝਦਾ ਇਹ ਐਜੂਕੇਸ਼ਨ ਕੰਕਲੇਵ ਜਿਹੜੀ ਹੈ ਇਹ ਇੱਕ ਨਿਰੇਕਲਾ ਐਸਾ ਮੰਚ ਬਣਨ ਜਾ ਰਿਹਾ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੀ ਆਵਾਜ਼ ਕੇਂਦਰ ਤੱਕ ਜਾਏਗੀ।